ਸੰਗਤ ਜੀ ਅਕਸਰ ਹੀ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿ ਦਿੰਦੇ ਆ ਨਾ ਕਿ ਮਾੜੀ ਤੋਂ ਮਾੜੀ ਕਿਸਮਤ ਵਾਲਾ ਮਨੁੱਖ ਵੀ ਅੰਮ੍ਰਿਤ ਵੇਲੇ ਉੱਠ ਕੇ ਇਹ ਦੋ ਕੰਮ ਕਰਨੇ ਸ਼ੁਰੂ ਕਰ ਦੇਵੇ ਤਾਂ ਉਹਦੀ ਉਹ ਮਾੜੀ ਕਿਸਮਤ ਵੀ ਚਮਕ ਜਾਵੇਗੀ, ਸਾਥ ਦੇਣਾ ਸ਼ੁਰੂ ਕਰ ਦੇਵੇਗੀ। ਅੰਮ੍ਰਿਤ ਵੇਲੇ ਦੇ ਵਿੱਚ ਅਜਿਹਾ ਕੀ ਆ ਅਤੇ ਅੰਮ੍ਰਿਤ ਵੇਲੇ ਉੱਠ ਕੇ ਕਿਹੜੇ ਦੋ ਕੰਮ ਕਰਨ ਦੇ ਨਾਲ ਸਾਡੀ ਜ਼ਿੰਦਗੀ ਬਦਲ ਸਕਦੀ ਆ, ਇਸੇ ਵਿਸ਼ੇ ਦੇ ਉੱਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਆ। ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ, ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ, ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਅੰਮ੍ਰਿਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਕਿੰਝ ਬਦਲਾਵ ਕਰਦਾ ਹੈ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਇੱਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਇੱਕ ਸੰਤ ਫਕੀਰ ਜੀ ਆਏ। ਉਹ ਫਕੀਰ ਜੀ ਨੇ ਪਿੰਡ ਦੇ ਬਾਹਰ ਵਾਰ ਇੱਕ ਕੁਟੀਆ ਬਣਾ ਲਈ, ਕੁਟੀਆ ਦੇ ਵਿੱਚ ਰਹਿਣ ਲੱਗੇ। ਕਹਿੰਦੇ ਉਹ ਸੰਤ ਫਕੀਰ ਜੀ ਹਰ ਵੇਲੇ ਰੱਬ ਦਾ ਨਾਮ ਜਪਦੇ ਅਤੇ ਜੋ ਵੀ ਮਨੁੱਖ ਉਹਨਾਂ ਦੇ ਕੋਲ ਆਉਂਦਾ ਉਹਦੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਦੱਸ ਦਿੰਦੇ ਸਨ। ਕਹਿੰਦੇ ਕੋਈ ਵੀ ਮਨੁੱਖ ਆਪਣੀ ਪਰੇਸ਼ਾਨੀ ਲੈ ਕੇ ਆਉਂਦਾ ਤਾਂ ਉਹ ਸੰਤ ਜੀ ਹਰੇਕ ਨੂੰ ਕਹਿੰਦੇ ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ, ਅੰਮ੍ਰਿਤ ਵੇਲੇ ਉੱਠਣ ਵਾਲਿਆਂ ਦੇ ਉੱਤੇ ਪਰਮਾਤਮਾ ਦੀ ਬੜੀ ਕਿਰਪਾ ਹੁੰਦੀ ਆ। ਕਹਿੰਦੇ ਉਹ ਸੰਤ ਜੀ ਜਿਸ ਕੁਟੀਆ ਦੇ ਵਿੱਚ ਰਹਿੰਦੇ ਸਨ ਉਹ ਕੁਟੀਆ ਦੇ ਕੋਲ ਇੱਕ ਦਰਖਤ ਸੀ। ਦਰਖਤ ਦੇ ਹੇਠਾਂ ਬੈਠ ਕੇ ਸੰਗਤਾਂ ਦੇ ਨਾਲ ਬਚਨ ਕਰਦੇ ਸਨ ਅਤੇ ਕਹਿੰਦੇ ਉਹ ਦਰਖਤ ਦੇ ਉੱਤੇ ਕਈ ਤਰ੍ਹਾਂ ਦੇ ਪੰਛੀ ਵੀ ਰਹਿੰਦੇ ਸੀ ਜੋ ਕਿ ਸੰਤ ਜੀ ਦੀਆਂ ਗੱਲਾਂ ਨੂੰ ਬੜੇ ਧਿਆਨ ਦੇ ਨਾਲ ਸੁਣਦੇ। ਕਹਿੰਦੇ ਸੰਤ ਜੀ ਨੂੰ ਜਦੋਂ ਵੀ ਸਮਾਂ ਮਿਲਦਾ ਤਾਂ ਉਹ ਉਹਨਾਂ ਪੰਛੀਆਂ ਨੂੰ ਚੋਗਾ ਪਾਉਂਦੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ, ਕਿਉਂਕਿ ਸੰਤ ਜੀ ਨੂੰ ਪੰਛੀਆਂ ਦੀ ਭਾਸ਼ਾ ਸਮਝ ਆਉਂਦੀ ਸੀ ਅਤੇ ਪੰਛੀ ਸੰਤ ਜੀ ਦੀਆਂ ਗੱਲਾਂ ਨੂੰ ਸਮਝ ਲੈਂਦੇ ਸਨ। ਇਸ ਕਰਕੇ ਉਹ ਪੰਛੀਆਂ ਦੇ ਨਾਲ ਵੀ ਕਾਫੀ ਸਮਾਂ ਬਿਤਾਉਂਦੇ। ਕਹਿੰਦੇ ਇੱਕ ਦਿਨ ਇੱਕ ਪੰਛੀ ਨੇ, ਇੱਕ ਚਿੜੀ ਨੇ ਸੰਤ ਜੀ ਨੂੰ ਪੁੱਛਿਆ ਕਿ ਸੰਤ ਜੀ ਤੁਸੀਂ ਜਦੋਂ ਦੇ ਇਸ ਪਿੰਡ ਦੇ ਵਿੱਚ ਆਏ ਹੋ ਤੁਹਾਡੇ ਕੋਲ ਜੋ ਵੀ ਆ ਜਾਂਦਾ ਹੈ ਤੁਸੀਂ ਉਹਨੂੰ ਕਹਿੰਦੇ ਆ ਅੰਮ੍ਰਿਤ ਵੇਲੇ ਉੱਠੋ, ਅੰਮ੍ਰਿਤ ਵੇਲੇ ਦੇ ਵਿੱਚ ਅਜਿਹਾ ਕੀ ਆ, ਤੁਸੀਂ ਹਰ ਇੱਕ ਨੂੰ ਇੰਝ ਕਿਉਂ ਕਹਿ ਦਿੰਦੇ ਹੋ? ਤਾਂ ਸੰਤ ਜੀ ਨੇ ਕਿਹਾ ਚਿੜੀਏ ਅੰਮ੍ਰਿਤ ਵੇਲੇ ਦੇ ਵਿੱਚ ਬਹੁਤ ਤਾਕਤ ਆ, ਕੋਈ ਮਨੁੱਖ ਇਸ ਵੇਲੇ ਦੇ ਵਿੱਚ ਸਿਰਫ ਉੱਠਣਾ ਸ਼ੁਰੂ ਕਰ ਦੇਵੇ ਉਹਦੀ ਜ਼ਿੰਦਗੀ ਦੇ ਵਿੱਚ ਚੰਗੇ ਬਦਲਾਵ ਹੋਣੇ ਸ਼ੁਰੂ ਹੋ ਜਾਂਦੇ ਆ ਅਤੇ ਜੇਕਰ ਕੋਈ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਇਹ ਦੋ ਕੰਮ ਕਰਨੇ ਸ਼ੁਰੂ ਕਰ ਦੇਵੇ ਤਾਂ ਭਾਵੇਂ ਕਿਸੇ ਮਨੁੱਖ ਦੀ ਜਿੰਨੀ ਮਰਜ਼ੀ ਮਾੜੀ ਕਿਸਮਤ ਹੋਵੇ ਉਹ ਮਾੜੀ ਕਿਸਮਤ ਵੀ ਚਮਕ ਜਾਂਦੀ ਆ, ਕਿਸਮਤ ਸਾਥ ਦੇਣਾ ਸ਼ੁਰੂ ਕਰ ਦਿੰਦੀ ਆ। ਤੇ ਕਹਿੰਦੇ ਉਹ ਚਿੜੀ ਨੇ ਪੁੱਛਿਆ ਸੰਤ ਜੀ ਤੁਸੀਂ ਕਿਹੜੇ ਦੋ ਕੰਮਾਂ ਬਾਰੇ ਗੱਲ ਕਰ ਰਹੇ ਹੋ, ਸਾਨੂੰ ਵੀ ਸਮਝਾਓ। ਤਾਂ ਸੰਤ ਜੀ ਨੇ ਕਿਹਾ ਆ ਚਿੜੀਏ ਤੈਨੂੰ ਮੈਂ ਇੱਕ ਕਹਾਣੀ ਸੁਣਾਉਣਾ ਹਾਂ, ਇਹ ਕਹਾਣੀ ਦੇ ਵਿੱਚ ਤੈਨੂੰ ਤੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਸੰਤ ਜੀ ਨੇ ਕਿਹਾ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਉਹ ਪਰਿਵਾਰ ਦੇ ਵਿੱਚ ਉਹਨਾਂ ਦਾ ਇਕਲੌਤਾ ਪੁੱਤਰ ਜਿਹਦੇ ਤੋਂ ਉਹਨਾਂ ਨੂੰ ਬੜੀਆਂ ਆਸਾਂ ਉਮੀਦਾਂ। ਕਹਿੰਦੇ ਉਹਨਾਂ ਦਾ ਪੁੱਤਰ ਚੰਗਾ ਪੜ੍ਹਿਆ ਲਿਖਿਆ ਨੇਕ ਦਿਲ ਦਾ ਇਨਸਾਨ ਸੀ, ਪਰ ਇੱਕ ਮਾੜੀ ਆਦਤ ਸੀ ਕਿ ਉਹ ਜਲਦੀ ਨਹੀਂ ਸੀ ਉੱਠ ਪਾਉਂਦਾ, ਹਮੇਸ਼ਾ ਲੇਟ ਉੱਠਦਾ। 8-9 ਵਜੇ ਤੋਂ ਉਹਦੇ ਦਿਨ ਦੀ ਸ਼ੁਰੂਆਤ ਹੁੰਦੀ ਸੀ। ਕਹਿੰਦੇ ਉਹਦੀ ਇਸੇ ਮਾੜੀ ਆਦਤ ਤੋਂ ਉਹਦੇ ਪਰਿਵਾਰ ਵਾਲੇ ਬੜੇ ਪਰੇਸ਼ਾਨ। ਕਹਿੰਦੇ ਇਹ ਆਦਤ ਉਹਦੀ ਬਚਪਨ ਤੋਂ ਸੀ, ਪਰ ਬਚਪਨ ਦੇ ਵਿੱਚ ਤਾਂ ਮਾਤਾ ਪਿਤਾ ਨੂੰ ਲੱਗਿਆ ਵੀ ਕੋਈ ਗੱਲ ਨਹੀਂ ਜਦੋਂ ਵੱਡਾ ਹੋਵੇਗਾ ਤਾਂ ਇਹਦੀ ਆਦਤ ਛੁੱਟ ਜਾਵੇਗੀ। ਪਰ ਕਹਿੰਦੇ ਸਮੇਂ ਦੇ ਨਾਲ ਨਾਲ ਉਹਦੀ ਇਹ ਆਦਤ ਪੱਕੀ ਹੁੰਦੀ ਗਈ।
ਕਹਿੰਦੇ ਹੁਣ ਉਹ ਬਿਲਕੁਲ ਆਲਸੀ ਬਣ ਚੁੱਕਿਆ ਸੀ, ਬੜਾ ਲੇਟ ਉੱਠਦਾ। ਕਹਿੰਦੇ ਲੇਟ ਉੱਠਣ ਕਰਕੇ ਆਪਣਾ ਕੋਈ ਵੀ ਕੰਮ ਸਮੇਂ ਸਿਰ ਨਾ ਕਰ ਪਾਉਂਦਾ, ਸਹੀ ਤਰੀਕੇ ਦੇ ਨਾਲ ਨਾ ਕਰ ਪਾਉਂਦਾ। ਇਸ ਕਰਕੇ ਉਹਦੇ ਸੁਭਾਅ ਦੇ ਵਿੱਚ ਵੀ ਚਿੜਚਿੜਾਪਣ ਆ ਗਿਆ। ਉਹ ਕਿਸੇ ਦੇ ਨਾਲ ਸਹੀ ਤਰੀਕੇ ਦੇ ਨਾਲ ਗੱਲ ਨਹੀਂ ਸੀ ਕਰਦਾ, ਹਰ ਵੇਲੇ ਖਿਜਿਆ ਰਹਿੰਦਾ, ਕਾਲਾ ਪਿਆ ਰਹਿੰਦਾ। ਕਹਿੰਦੇ ਉਹਦੇ ਪਿਤਾ ਜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹਦੇ ਅੰਦਰ ਇਹ ਸਾਰੇ ਬਦਲਾਵ ਇਹਦੀ ਇਸ ਮਾੜੀ ਆਦਤ ਕਰਕੇ ਆ ਰਹੇ ਨੇ। ਇਹ ਦਿਨੋਂ ਦਿਨ ਆਲਸੀ ਬਣਦਾ ਜਾ ਰਿਹਾ ਹੈ ਅਤੇ ਆਲਸ ਕਰਕੇ ਇਹਦਾ ਸਰੀਰ ਵੀ ਇਹਦਾ ਸਾਥ ਨਹੀਂ ਦਿੰਦਾ, ਇਹ ਕਿਸੇ ਵੀ ਕੰਮ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦਾ। ਕਹਿੰਦੇ ਪਿਤਾ ਜੀ ਨੇ ਬਹੁਤ ਵਾਰ ਆਪਣੇ ਪੁੱਤਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਤਰ ਤੇਰਾ ਇਹ ਆਲਸ ਤੇਰੀ ਨਾਕਾਮਯਾਬੀ ਦਾ ਕਾਰਨ ਬਣ ਜਾਵੇਗਾ, ਇਸ ਕਰਕੇ ਤੂੰ ਵੀ ਉੱਦਮੀ ਬਣ, ਆਪਣੇ ਦਿਨ ਦੀ ਸ਼ੁਰੂਆਤ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਕਰਿਆ ਕਰ, ਆਪਣੇ ਸਾਰੇ ਕੰਮ ਸਹੀ ਸਮੇਂ ਦੇ ਉੱਤੇ ਸਹੀ ਤਰੀਕੇ ਦੇ ਨਾਲ ਕਰ ਪਾਵੇਂਗਾ। ਪਰ ਕਹਿੰਦੇ ਇਹ ਲੜਕੇ ਦੇ ਉੱਪਰ ਆਪਣੇ ਪਿਤਾ ਜੀ ਦੀ ਇੱਕ ਵੀ ਗੱਲ ਦਾ ਅਸਰ ਨਾ ਹੁੰਦਾ। ਹੁਣ ਇਹ ਲੜਕੇ ਨੂੰ ਜਦੋਂ ਵੀ ਕੋਈ ਸਮਝਾਉਂਦਾ ਇਹ ਗੁੱਸਾ ਕਰਦਾ, ਇਸੇ ਕਰਕੇ ਇਹਨੇ ਆਪਣੇ ਆਪ ਨੂੰ ਆਪਣੇ ਪਰਿਵਾਰ ਤੋਂ ਆਪਣੇ ਦੋਸਤਾਂ ਮਿੱਤਰਾਂ ਤੋਂ ਵੱਖ ਕਰ ਲਿਆ। ਇਹ ਇਕੱਲਾ ਰਹਿਣਾ ਪਸੰਦ ਕਰਨ ਲੱਗਾ, ਹਰ ਵੇਲੇ ਮੰਜੇ ਦੇ ਉੱਤੇ ਲੰਮਾ ਪਿਆ ਰਹਿੰਦਾ, ਬਸ ਸੋਚਦਾ ਰਹਿੰਦਾ। ਕਹਿੰਦੇ ਇਹਦੀ ਇਹ ਹਾਲਤ ਦੇਖ ਕੇ ਇਹਦਾ ਪਰਿਵਾਰ, ਇਹਦੇ ਪਿਤਾ ਜੀ ਬਹੁਤ ਜ਼ਿਆਦਾ ਪਰੇਸ਼ਾਨ ਸਨ। ਕਹਿੰਦੇ ਇੱਕ ਦਿਨ ਉਹ ਲੜਕੇ ਦੇ ਪਿਤਾ ਜੀ ਨੂੰ ਕਿਸੇ ਨੇ ਦੱਸਿਆ ਕਿ ਆਪਣੇ ਪਿੰਡ ਦੇ ਵਿੱਚ ਇੱਕ ਬਹੁਤ ਭਜਨ ਬੰਦਗੀ ਕਰਨ ਵਾਲੇ ਸੰਤ ਫਕੀਰ ਜੀ ਆਏ ਨੇ, ਉਹ ਹਰੇਕ ਬੰਦੇ ਦੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਕਰ ਦਿੰਦੇ ਨੇ। ਅਤੇ ਕਹਿੰਦੇ ਇਹ ਲੜਕੇ ਦੇ ਪਿਤਾ ਜੀ ਇਹ ਵੀ ਉਸ ਸੰਤ ਫਕੀਰ ਜੀ ਦੇ ਕੋਲ ਗਿਆ ਅਤੇ ਜਾ ਕੇ ਆਪਣੇ ਬੱਚੇ ਬਾਰੇ ਸਭ ਕੁਝ ਸੰਤ ਜੀ ਨੂੰ ਦੱਸ ਦਿੱਤਾ। ਸੰਤ ਜੀ ਨੇ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਅਤੇ ਕਿਹਾ, ਪੁੱਤਰ ਤੇਰੀ ਸਮੱਸਿਆ ਤਾਂ ਸੱਚਮੁੱਚ ਬਹੁਤ ਗੰਭੀਰ ਆ, ਪਰ ਤੂੰ ਫਿਕਰ ਨਾ ਕਰ, ਅਸੀਂ ਤੇਰੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਜ਼ਰੂਰ ਕਰਾਂਗੇ, ਪਰ ਤੂੰ ਆਪਣੇ ਪੁੱਤਰ ਨੂੰ ਸਾਡੇ ਕੋਲ ਲੈ ਕੇ ਆ। ਉਹ ਪਿਤਾ ਨੇ ਕਿਹਾ ਕਿ ਸੰਤ ਜੀ ਇਹ ਕੰਮ ਕਰਨਾ ਥੋੜ੍ਹਾ ਔਖਾ ਹੈ, ਚਲੋ ਫਿਰ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਆਪਣੇ ਲੜਕੇ ਨੂੰ ਤੁਹਾਡੇ ਕੋਲ ਲਿਆਉਣ ਦੀ। ਤਾਂ ਕਹਿੰਦੇ ਸੰਤ ਜੀ ਨੇ ਪੂਰਾ ਯਕੀਨ ਦਵਾਇਆ, ਕਿਹਾ ਕਿ ਤੂੰ ਇੱਕ ਵਾਰ ਆਪਣੇ ਪੁੱਤਰ ਨੂੰ ਸਾਡੇ ਕੋਲ ਲੈ ਆ, ਫਿਰ ਤੂੰ ਫਿਕਰ ਨਾ ਕਰੀ, ਬਾਕੀ ਸਾਰੀ ਫਿਕਰ ਸਾਡੇ 'ਤੇ ਛੱਡ ਦੇ, ਅਸੀਂ ਤੇਰੇ ਆਲਸੀ ਪੁੱਤਰ ਨੂੰ ਇੱਕਦਮ ਉੱਦਮੀ ਬਣਾ ਕੇ ਹੀ ਭੇਜਾਂਗੇ। ਕਹਿੰਦੇ ਉਹ ਲੜਕੇ ਦੇ ਪਿਤਾ ਨੂੰ ਪੂਰਾ ਯਕੀਨ ਹੋ ਗਿਆ ਵੀ ਮੈਂ ਇੱਕਦਮ ਸਹੀ ਜਗ੍ਹਾ 'ਤੇ ਆਇਆ ਹਾਂ, ਇਸ ਕਰਕੇ ਪੂਰੇ ਵਿਸ਼ਵਾਸ ਦੇ ਨਾਲ ਆਪਣੇ ਘਰ ਦੇ ਵਿੱਚ ਗਿਆ ਅਤੇ ਜਾ ਕੇ ਆਪਣੇ ਪੁੱਤਰ ਨੂੰ ਕਹਿਣ ਲੱਗਾ ਕਿ ਪੁੱਤਰ ਤੇਰਾ ਇਸ ਤਰ੍ਹਾਂ ਮੰਜੇ ਦੇ ਉੱਤੇ ਲੰਮੇ ਪਿਆ ਪਿਆ ਤਾਂ ਨਹੀਂ ਸਰਨਾ, ਤੈਨੂੰ ਵੀ ਕੋਈ ਕੰਮ ਕਾਰ ਕਰਨਾ ਹੀ ਪੈਣਾ ਹੈ, ਤੂੰ ਆਪਣੇ ਦੋਸਤਾਂ ਮਿੱਤਰਾਂ ਵੱਲ ਦੇਖ, ਤੇਰੇ ਸਾਰੇ ਦੋਸਤ ਮਿੱਤਰ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਗਏ ਨੇ, ਪੁੱਤਰ ਤੂੰ ਸੱਚ ਸੱਚ ਦੱਸ ਕਿ ਤੂੰ ਆਪਣੇ ਦੋਸਤਾਂ ਮਿੱਤਰਾਂ ਵਾਂਗ ਸਫਲ ਹੋਣਾ ਨਹੀਂ ਚਾਹੁੰਦਾ। ਤਾਂ ਕਹਿੰਦੇ ਉਹ ਲੜਕੀ ਨੇ ਕਿਹਾ, ਪਿਤਾ ਜੀ ਮੈਂ ਵੀ ਆਪਣੇ ਦੋਸਤਾਂ ਮਿੱਤਰਾਂ ਵਾਂਗ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੁੰਦਾ ਹਾਂ, ਮੈਂ ਵੀ ਕੋਈ ਕੰਮ ਧੰਦਾ ਕਰਨਾ ਚਾਹੁੰਦਾ ਹਾਂ, ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦਾ ਹਾਂ, ਪਰ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਪੁੱਛ ਪੁੱਛ ਕੇ ਥੱਕ ਗਿਆ ਹਾਂ, ਮੈਨੂੰ ਕਿਸੇ ਨੇ ਕੁਝ ਨਹੀਂ ਦੱਸਿਆ, ਮੈਂ ਵਾਰ ਵਾਰ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਆਪਣੀ ਸਫਲਤਾ ਦਾ ਰਾਜ ਦੱਸ ਦਿਓ, ਪਰ ਉਹਨਾਂ ਨੇ ਮੈਨੂੰ ਕੁਝ ਵੀ ਨਹੀਂ ਦੱਸਿਆ, ਇਸੇ ਕਰਕੇ ਤਾਂ ਮੈਂ ਉਹਨਾਂ ਦੇ ਨਾਲ ਬੋਲਚਾਲ ਬੰਦ ਕਰ ਦਿੱਤੀ ਆ। ਤਾਂ ਕਹਿੰਦੇ ਉਸ ਲੜਕੇ ਦੇ ਪਿਤਾ ਜੀ ਨੇ ਕਿਹਾ ਵੀ ਪੁੱਤਰ ਮੈਨੂੰ ਪਤਾ ਹੈ ਤੇਰੇ ਦੋਸਤਾਂ ਮਿੱਤਰਾਂ ਦੀ ਕਾਮਯਾਬੀ ਦਾ ਮੰਤਰ। ਉਹ ਲੜਕੇ ਦੇ ਪਿਤਾ ਜੀ ਨੇ ਉਹ ਸਾਧੂ ਜੀ ਬਾਰੇ ਦੱਸਿਆ, ਕਿਹਾ ਤੂੰ ਵੀ ਉਹ ਸਾਧੂ ਜੀ ਦੇ ਕੋਲ ਜਾ, ਉਹ ਤੈਨੂੰ ਤੇਰੀ ਸਫਲਤਾ ਦਾ ਮੰਤਰ ਦੱਸ ਦੇਣਗੇ।
ਪਰ ਫਿਰ ਉਹਦੇ ਪਿਤਾ ਜੀ ਚੁੱਪ ਕਰ ਗਏ। ਕਹਿਣ ਲੱਗੇ, ਪਰ ਪੁੱਤਰ ਤੂੰ ਉਹਨਾਂ ਦੇ ਕੋਲ ਨਹੀਂ ਜਾ ਸਕਦਾ। ਲੜਕੇ ਨੇ ਕਿਹਾ, ਪਿਤਾ ਜੀ ਕੀ ਗੱਲ, ਮੈਂ ਕਿਉਂ ਨਹੀਂ ਜਾ ਸਕਦਾ? ਤਾਂ ਪਿਤਾ ਨੇ ਕਿਹਾ, ਕਿਉਂਕਿ ਪੁੱਤਰ ਉਹਨਾਂ ਦੇ ਮਿਲਣ ਦਾ ਸਮਾਂ ਸਵੇਰੇ ਸਵੇਰ ਦਾ ਹੈ, ਜਦੋਂ ਤੱਕ ਤੂੰ ਉੱਠਣਾ ਹੈ ਉਦੋਂ ਉਹਨਾਂ ਨੂੰ ਮਿਲਣ ਦਾ ਸਮਾਂ ਖਤਮ ਹੋ ਜਾਂਦਾ ਹੈ, ਉਹ ਤਾਂ ਅੰਮ੍ਰਿਤ ਵੇਲੇ ਦੇ ਵਿੱਚ ਮਿਲਦੇ ਨੇ। ਤਾਂ ਲੜਕੇ ਨੇ ਕਿਹਾ, ਪਿਤਾ ਜੀ ਕੋਈ ਗੱਲ ਨਹੀਂ, ਮੈਂ ਅੱਜ ਸਾਰੀ ਰਾਤ ਸੌਵਾਂਗਾ ਹੀ ਨਹੀਂ, ਸਵੇਰੇ 3 ਤੋਂ 6 ਦੇ ਵਿੱਚ ਉਹਨਾਂ ਦੇ ਕੋਲ ਪਹੁੰਚ ਜਾਵਾਂਗਾ। ਲੜਕੇ ਦੇ ਪਿਤਾ ਜੀ ਨੇ ਕਿਹਾ ਵੀ ਚਲੋ ਠੀਕ ਹੈ ਪੁੱਤਰ, ਜੇ ਤੂੰ ਇਹ ਕੰਮ ਕਰ ਲਵੇਂ ਤਾਂ ਤੇਰੇ ਲਈ ਚੰਗਾ। ਕਹਿੰਦੇ ਲੜਕਾ ਸਾਰੀ ਰਾਤ ਜਾਗਦਾ ਰਿਹਾ, ਪਰ ਜਦੋਂ ਹੀ ਅੰਮ੍ਰਿਤ ਵੇਲਾ ਹੋਇਆ, ਉੱਠਣ ਦਾ ਵੇਲਾ ਹੋਇਆ, ਤਾਂ ਉਦੋਂ ਲੜਕੇ ਨੂੰ ਨੀਂਦ ਆ ਗਈ, ਸੌ ਗਿਆ। ਅੱਜ ਫਿਰ ਉਸੇ ਤਰ੍ਹਾਂ ਲੇਟ ਉੱਠਿਆ, ਪਰ ਜਦ ਅੱਜ ਲੇਟ ਉੱਠਿਆ ਤਾਂ ਬਹੁਤ ਪਛਤਾਵਾ ਹੋਇਆ, ਆਪਣੇ ਆਪ ਦੇ ਉੱਤੇ ਗੁੱਸਾ ਆਇਆ। ਉੱਪਰੋਂ ਉਹਦੇ ਪਿਤਾ ਜੀ ਨੇ ਆ ਕੇ ਕਹਿ ਦਿੱਤਾ ਕਿ ਪੁੱਤਰ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਤੇਰੇ ਵੱਸ ਦਾ ਕੰਮ ਨਹੀਂ ਆ, ਤੂੰ ਇਹ ਕੰਮ ਨਹੀਂ ਕਰ ਪਾਵੇਂਗਾ, ਤੇਰੇ ਤੋਂ ਨਹੀਂ ਉੱਠਿਆ ਜਾਣਾ। ਪਰ ਕਹਿੰਦੇ ਉਸ ਵੇਲੇ ਲੜਕੇ ਨੇ ਮਨ ਦੇ ਵਿੱਚ ਪੱਕਾ ਧਾਰ ਲਿਆ ਕਿ ਹੁਣ ਜੋ ਮਰਜ਼ੀ ਹੋ ਜਾਵੇ, ਹੁਣ ਤਾਂ ਮੈਂ ਅੰਮ੍ਰਿਤ ਵੇਲੇ ਉੱਠ ਕੇ ਦਿਖਾਵਾਂਗਾ, ਕੱਲ੍ਹ ਨੂੰ ਮੈਂ ਅੰਮ੍ਰਿਤ ਵੇਲੇ ਦੇ ਵਿੱਚ ਉਹ ਸਾਧੂ ਸੰਤ ਫਕੀਰ ਜੀ ਦੇ ਕੋਲ ਜਾਵਾਂਗਾ ਅਤੇ ਆਪਣੀ ਸਫਲਤਾ ਦਾ ਮੰਤਰ ਲੈ ਆਵਾਂਗਾ। ਕਹਿੰਦੇ ਅੱਜ ਰਾਤ ਨੂੰ ਜਲਦੀ ਹੀ ਭੋਜਨ ਪ੍ਰਸ਼ਾਦਾ ਛੱਕ ਕੇ ਸੌ ਗਿਆ। ਨਾਲ ਹੀ ਆਪਣੀ ਮਾਤਾ ਜੀ ਨੂੰ ਕਹਿ ਦਿੱਤਾ ਕਿ ਮਾਤਾ ਜੀ ਮੈਨੂੰ ਸਵੇਰੇ ਅੰਮ੍ਰਿਤ ਵੇਲੇ ਦੇ ਵਿੱਚ ਉਠਾ ਦਿਓ, ਨਾਲ ਅਲਾਰਮ ਤੇ ਸਮਾਂ ਸੈੱਟ ਕਰ ਲਿਆ। ਕਹਿੰਦੇ ਅੱਜ ਜ਼ਿੰਦਗੀ ਦਾ ਪਹਿਲਾ ਦਿਨ ਸੀ, ਜਦੋਂ ਉਹ ਸਵੇਰੇ 3 ਵਜੇ ਉੱਠਿਆ ਤਾਂ ਬੜਾ ਖੁਸ਼ ਹੋਇਆ, ਇੰਝ ਲੱਗਾ ਵੀ ਜਿਵੇਂ ਜ਼ਿੰਦਗੀ ਦੀ ਕੋਈ ਜੰਗ ਜਿੱਤ ਲਈ ਹੋਵੇ, ਪਹਿਲਾ ਕੰਮ ਪਹਿਲੀ ਜੰਗ ਉਹ ਜਿੱਤ ਚੁੱਕਿਆ ਸੀ। ਕਹਿੰਦੇ ਖੁਸ਼ੀ ਖੁਸ਼ੀ ਉੱਠਿਆ, ਇਸ਼ਨਾਨ ਕੀਤਾ ਅਤੇ ਸੰਤ ਜੀ ਦੇ ਕੋਲ ਪਹੁੰਚ ਗਿਆ। ਸੰਤ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਕਿ ਸੰਤ ਜੀ ਮੈਨੂੰ ਮੇਰੇ ਪਿਤਾ ਜੀ ਨੇ ਭੇਜਿਆ ਹੈ, ਮੈਨੂੰ ਮੇਰੀ ਸਫਲਤਾ ਦਾ ਮੰਤਰ ਦੱਸੋ। ਸੰਤ ਜੀ ਨੇ ਕਿਹਾ, ਪੁੱਤਰ ਸਫਲਤਾ ਤੈਨੂੰ ਅਸੀਂ ਬਣਾ ਦੇਵਾਂਗੇ, ਮੰਤਰ ਦੇ ਦੇਵਾਂਗੇ, ਪਰ ਇਹਦੇ ਲਈ ਤੈਨੂੰ ਸਾਡਾ ਕੰਮ ਕਰਨਾ ਪੈਣਾ ਹੈ। ਲੜਕੇ ਨੇ ਪੁੱਛਿਆ ਕੀ ਕੰਮ ਕਰਨਾ ਪਵੇਗਾ? ਤਾਂ ਸੰਤ ਜੀ ਨੇ ਕਿਹਾ, ਭਾਈ ਤੈਨੂੰ 21 ਦਿਨ ਸਾਡੇ ਕੋਲ ਰਹਿਣਾ ਪੈਣਾ ਹੈ ਅਤੇ ਸਾਡੇ ਕਹੇ ਅਨੁਸਾਰ ਚੱਲਣਾ ਪਵੇਗਾ। ਉਹ ਲੜਕਾ ਹੁਣ ਸਫਲ ਹੋਣ ਦੇ ਲਈ ਕੁਝ ਵੀ ਕਰ ਸਕਦਾ ਸੀ। ਲੜਕੇ ਨੇ ਕਿਹਾ, ਠੀਕ ਹੈ ਸੰਤ ਜੀ, ਮੈਂ 21 ਦਿਨ ਲਗਾਤਾਰ ਤੁਹਾਡੇ ਕੋਲ ਰਹਿਣ ਨੂੰ ਤਿਆਰ ਆ, ਪਰ ਪਹਿਲਾਂ ਮੈਨੂੰ ਇਹ ਦੱਸੋ ਕਿ ਮੈਨੂੰ ਇੱਥੇ ਰਹਿ ਕੇ ਕਰਨਾ ਕੀ ਪਵੇਗਾ? ਤਾਂ ਸੰਤ ਜੀ ਨੇ ਕਿਹਾ, ਬਸ ਜੋ ਬਾਕੀ ਵਿਦਿਆਰਥੀ ਕਰਨਗੇ ਉਦਾਂ ਹੀ ਤੂੰ ਕਰਨਾ ਹੈ। ਸਵੇਰੇ 3 ਤੋਂ 6 ਦੇ ਵਿਚਕਾਰ ਉੱਠਣਾ ਹੈ, ਉੱਠ ਕੇ ਪਹਿਲਾਂ ਧਿਆਨ ਲਗਾਉਣਾ ਹੈ, ਧਿਆਨ ਲਗਾਉਣ ਤੋਂ ਬਾਅਦ ਥੋੜ੍ਹੀ ਦੇਰ ਇਹ ਆਪਣੇ ਸਰੀਰ ਦੇ ਉੱਤੇ ਕੰਮ ਕਰਦੇ ਨੇ, ਕੋਈ ਕਸਰਤ ਕਰਦਾ ਹੈ, ਕੋਈ ਯੋਗਾ ਕਰਦਾ ਹੈ, ਫਿਰ ਉਸ ਤੋਂ ਬਾਅਦ ਇਹ ਦਿਨ ਭਰ ਦੇ ਕੰਮ ਕਾਰ ਕਰਨੇ ਸ਼ੁਰੂ ਕਰ ਦਿੰਦੇ ਨੇ। ਇਹ ਵਿਦਿਆਰਥੀ ਤੈਨੂੰ ਸਾਰੀ ਗੱਲਬਾਤ ਸਮਝਾ ਦੇਣਗੇ, ਜਿਵੇਂ ਜਿਵੇਂ ਇਹ ਕਰਨਗੇ ਉਦਾਂ ਉਦਾਂ ਤੂੰ ਕਰੀਂ। ਜੇ ਤੂੰ ਲਗਾਤਾਰ 21 ਦਿਨ ਇੱਥੇ ਰਹਿ ਕੇ ਇਹ ਕੰਮ ਕਰ ਲੈ ਤਾਂ 21ਵੇਂ ਦਿਨ ਤੈਨੂੰ ਮੈਂ ਤੇਰੀ ਸਫਲਤਾ ਦਾ ਮੰਤਰ ਦੇ ਦੇਵਾਂਗਾ। ਲੜਕੇ ਨੇ ਕਿਹਾ, ਠੀਕ ਹੈ ਜੀ। ਲੜਕੇ ਨੇ ਬਾਕੀ ਵਿਦਿਆਰਥੀਆਂ ਨੂੰ ਪੁੱਛਿਆ ਵੀ ਭਾਈ ਮੈਨੂੰ ਸਾਰੀ ਗੱਲਬਾਤ ਸਾਰੇ ਨਿਯਮ ਸਮਝਾ ਦਿਓ। ਲੜਕਿਆਂ ਨੇ ਸਮਝਾ ਦਿੱਤਾ, ਅਗਲੇ ਦਿਨ ਤੋਂ ਜਿਵੇਂ ਬਾਕੀ ਵਿਦਿਆਰਥੀ ਅੰਮ੍ਰਿਤ ਵੇਲੇ ਉੱਠੇ, ਇਹ ਵੀ ਉੱਠਿਆ, ਇਹਨੇ ਵੀ ਉੱਠ ਕੇ ਪਹਿਲਾਂ ਧਿਆਨ ਲਗਾਉਣ ਦੀ ਕੋਸ਼ਿਸ਼ ਕੀਤੀ, ਫਿਰ ਆਪਣੇ ਸਰੀਰ ਦੇ ਲਈ ਕੋਈ ਕਸਰਤ ਕੀਤੀ, ਸੈਰ ਕੀਤੀ, ਫਿਰ ਦਿਨ ਭਰ ਦੇ ਜੋ ਵੀ ਕੰਮ ਕਾਰ ਵਿਦਿਆਰਥੀ ਕਰਦੇ ਸਨ ਉਸੇ ਤਰ੍ਹਾਂ ਕੀਤਾ। ਬਗੀਚਿਆਂ ਦੇ ਵਿੱਚ ਫੁੱਲਾਂ ਨੂੰ ਪਾਣੀ ਲਾਇਆ, ਫੁੱਲਾਂ ਦੇ ਵਿੱਚੋਂ ਜੋ ਵੀ ਸੁੱਕੇ ਪੱਤੇ ਸਨ ਉਹ ਚੁਗੇ, ਹੋਰ ਬਹੁਤ ਸਾਰੇ ਕੰਮ, ਸਾਰਾ ਦਿਨ ਕੰਮਾਂ ਕਾਰਾਂ ਦੇ ਵਿੱਚ ਲੰਘ ਗਿਆ। ਉਹ ਵਿਦਿਆਰਥੀ
ਘੱਟ ਸੌਂਦੇ, ਘੱਟ ਖਾਂਦੇ ਅਤੇ ਘੱਟ ਬੋਲਦੇ। ਸਾਰਾ ਦਿਨ ਕੋਈ ਨਾ ਕੋਈ ਕੰਮ ਕਾਰ ਕਰਦੇ ਰਹਿੰਦੇ ਸੀ, ਭਾਵ ਕਿ ਆਪਣੇ ਆਪ ਨੂੰ ਵਿਹਲਾ ਨਹੀਂ ਸਨ ਰੱਖਦੇ। ਅਤੇ ਅੰਮ੍ਰਿਤ ਵੇਲੇ ਉੱਠਣਾ, ਉੱਠ ਕੇ ਧਿਆਨ ਲਾਉਣਾ, ਇਹ ਉਹਨਾਂ ਦਾ ਪੱਕਾ ਨਿਯਮ ਸੀ। ਕਹਿੰਦੇ ਇਹਨੇ 6 ਦਿਨ ਤੱਕ ਔਖੇ ਸੌਖੇ ਇਹ ਸਾਰੇ ਕੰਮ ਕੀਤੇ, ਪਰ 7ਵੇਂ ਦਿਨ ਇਹਦੇ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਗਿਆ, ਇਹ ਲੇਟ ਉੱਠਿਆ। ਲੇਟ ਉੱਠਣ ਕਰਕੇ ਬੜਾ ਦੁਖੀ ਹੋਇਆ। ਸੰਤ ਜੀ ਦੇ ਕੋਲ ਗਿਆ ਅਤੇ ਜਾ ਕੇ ਕਹਿਣ ਲੱਗਾ, ਸੰਤ ਜੀ ਮੈਂ ਆਪਣਾ ਸੰਕਲਪ ਪੂਰਾ ਨਹੀਂ ਕਰ ਪਾਇਆ, ਕਿ ਹੁਣ ਤੁਸੀਂ ਮੈਨੂੰ ਮੰਤਰ ਨਹੀਂ ਦਿਓਗੇ? ਤਾਂ ਸੰਤ ਜੀ ਨੇ ਕਿਹਾ, ਨਹੀਂ ਪੁੱਤਰ ਕੋਈ ਗੱਲ ਨਹੀਂ, ਜੇ ਤੂੰ ਅੱਜ ਨਹੀਂ ਉੱਠਿਆ ਨਾ, ਤੂੰ ਅੱਜ ਤੋਂ ਫਿਰ ਸ਼ੁਰੂ ਕਰ ਲਾ, ਤੈਨੂੰ ਮੰਤਰ ਦੇ ਕੇ ਭੇਜਾਂਗੇ। ਤੂੰ ਇਹ 6 ਦਿਨ ਜਿਵੇਂ ਕੰਮ ਕੀਤੇ ਹੈ ਨਾ, ਬਸ ਇਸੇ ਤਰ੍ਹਾਂ ਤੂੰ ਅਗਲੇ 21 ਦਿਨ ਕਰ, ਤੂੰ ਕਰ ਲਵੇਂਗਾ। ਕਹਿੰਦੇ ਲੜਕੇ ਨੇ ਕਿਹਾ, ਸੰਤ ਜੀ ਮੈਂ ਤੁਹਾਡੇ ਕਹੇ ਅਨੁਸਾਰ ਕੰਮ ਕਰ ਰਿਹਾ ਹਾਂ, ਪਰ ਪਹਿਲਾਂ ਮੈਨੂੰ ਇਹ ਤਾਂ ਦੱਸੋ ਕਿ ਇਹ ਜੋ ਕੰਮ ਤੁਸੀਂ ਮੇਰੇ ਤੋਂ ਕਰਵਾ ਰਹੇ ਹੋ, ਇਹ ਕਿਉਂ ਕਰਵਾ ਰਹੇ ਹੋ? ਇਹਨਾਂ ਦਾ ਮੇਰੀ ਸਫਲਤਾ ਦੇ ਨਾਲ ਕੀ ਲੈਣਾ ਦੇਣਾ ਹੈ? ਤਾਂ ਸੰਤ ਜੀ ਚੁੱਪ ਚਾਪ ਲੜਕੇ ਦੀਆਂ ਗੱਲਾਂ ਸੁਣਦੇ ਰਹੇ। ਕਿਹਾ, ਪੁੱਤਰ ਸਹੀ ਸਮਾਂ ਆਉਣ 'ਤੇ ਤੈਨੂੰ ਤੇਰੇ ਸਾਰੇ ਸਵਾਲਾਂ ਦੇ ਜਵਾਬ ਦੇ ਦੇਵਾਂਗੇ। ਉਹ ਲੜਕੇ ਨੇ ਫਿਰ ਕਿਹਾ ਵੀ ਚਲੋ ਸੰਤ ਜੀ ਮੈਨੂੰ ਇੰਨਾ ਕੁ ਤਾਂ ਦੱਸ ਦਿਓ ਕਿ ਮੇਰੇ ਪਿਤਾ ਜੀ ਵੀ ਮੈਨੂੰ ਸਵੇਰੇ ਸਵੇਰ ਜਲਦੀ ਉੱਠਣ ਦੇ ਲਈ ਕਹਿੰਦੇ ਹਨ। ਮੈਂ ਹੋਰ ਵੀ ਬਹੁਤ ਸਾਰੇ ਲੋਕਾਂ ਤੋਂ ਅੰਮ੍ਰਿਤ ਵੇਲੇ ਉੱਠਣ ਬਾਰੇ ਸੁਣਿਆ ਹੈ। ਅੰਮ੍ਰਿਤ ਵੇਲੇ ਦੇ ਵਿੱਚ ਅਜਿਹਾ ਕੀ ਆ? ਸਾਰੇ ਵਿਦਵਾਨ ਪੁਰਖ, ਸਫਲ ਬੰਦੇ ਅੰਮ੍ਰਿਤ ਵੇਲੇ ਉੱਠਣ 'ਤੇ ਇੰਨਾ ਜ਼ੋਰ ਕਿਉਂ ਦਿੰਦੇ ਨੇ? ਤਾਂ ਸੰਤ ਜੀ ਨੇ ਕਿਹਾ, ਪੁੱਤਰ ਕਿਉਂਕਿ ਇਹ ਵੇਲਾ ਬਹੁਤ ਪਾਵਰਫੁੱਲ ਵੇਲਾ ਹੈ। ਸੰਤ ਜੀ ਨੇ ਉਹ ਲੜਕੇ ਨੂੰ ਸਮਝਾਉਂਦੇ ਹੋਏ ਕਿਹਾ, ਪੁੱਤਰ ਇਸ ਵੇਲੇ ਦੇ ਵਿੱਚ ਬਹੁਤ ਸਾਰੀਆਂ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਉੱਠ ਕੇ ਨਾਮ ਜਪਦੀਆਂ ਨੇ, ਇਸ ਕਰਕੇ ਇਹ ਵੇਲਾ ਬੜਾ ਪਵਿੱਤਰ ਹੋ ਜਾਂਦਾ ਹੈ। ਇਸ ਵੇਲੇ ਦੀ ਪਾਵਰ ਬਹੁਤ ਵੱਧ ਜਾਂਦੀ ਆ। ਇਸ ਵੇਲੇ ਦੇ ਵਿੱਚ ਨੈਗੇਟਿਵ ਐਨਰਜੀ ਦਾ ਪ੍ਰਭਾਵ ਕਮਜ਼ੋਰ ਹੋ ਜਾਂਦਾ ਹੈ। ਇਸ ਵੇਲੇ ਦੇ ਵਿੱਚ ਸਾਡੇ ਆਸ ਪਾਸ ਪੋਜ਼ਿਟਿਵਿਟੀ ਦਾ ਪਸਾਰਾ ਰਹਿੰਦਾ ਹੈ। ਅਤੇ ਸਵੇਰੇ ਸਵੇਰ ਜਦੋਂ ਆਪਾਂ ਉੱਠਦੇ ਹਾਂ ਨਾ, ਆਪਣਾ ਤਨ ਅਤੇ ਮਨ ਰਾਤ ਭਰ ਦੀ ਨੀਂਦ ਤੋਂ ਬਾਅਦ ਆਰਾਮ ਦੇ ਵਿੱਚ ਹੁੰਦਾ ਹੈ। ਸਾਡਾ ਤਨ ਆਰਾਮ 'ਚ ਹੁੰਦਾ ਹੈ ਅਤੇ ਮਨ ਸਾਡਾ ਇੱਕਦਮ ਖਾਲੀ ਹੁੰਦਾ ਹੈ। ਇਸ ਕਰਕੇ ਜਦੋਂ ਆਪਾਂ ਸਵੇਰੇ ਸਵੇਰ ਉੱਠ ਕੇ ਕੋਈ ਵੀ ਕੰਮ ਕਰਦੇ ਹਾਂ ਤਾਂ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਹਾਂ, ਜਿਵੇਂ ਕਿ ਪਰਮਾਤਮਾ ਦਾ ਧਿਆਨ ਲਗਾਉਣਾ ਜਾਂ ਪੜ੍ਹਨ ਵਾਲੇ ਬੱਚੇ ਪੜ੍ਹਾਈ ਕਰਦੇ ਨੇ, ਤਾਂ ਇਹ ਸਵੇਰੇ ਸਵੇਰ ਦੇ ਸਮੇਂ ਦੇ ਵਿੱਚ ਇਹ ਕੰਮ ਕੀਤੇ ਜਾਣ ਤਾਂ ਆਪਾਂ ਬੜੇ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਹਾਂ। ਅਤੇ ਸਵੇਰ ਦਾ ਜਿਹੜਾ ਵੇਲਾ ਹੈ ਨਾ, ਇਹ ਵੈਸੇ ਵੀ ਬੜਾ ਸ਼ੁੱਧ ਸਾਫ਼ ਵਾਤਾਵਰਨ ਹੁੰਦਾ ਹੈ। ਇਸ ਵਾਤਾਵਰਨ ਦੇ ਵਿੱਚ ਸਾਹ ਲੈਣ ਦੇ ਨਾਲ ਹੀ ਸਾਡੇ ਸਰੀਰ ਦੇ ਕਈ ਦੁੱਖ ਰੋਗ ਕੱਟੇ ਜਾਂਦੇ ਨੇ, ਕਿਉਂਕਿ ਦਿਨ ਭਰ ਦੇ ਵਿੱਚ ਤਾਂ ਗੱਡੀਆਂ ਮੋਟਰਾਂ ਦਾ ਸ਼ੋਰ ਸ਼ਰਾਬਾ, ਪ੍ਰਦੂਸ਼ਣ, ਅਤੇ ਜਿਵੇਂ ਜਿਵੇਂ ਦੁਨੀਆ ਨੇ ਉੱਠਦੇ ਜਾਣਾ ਹੈ ਉਵੇਂ ਉਵੇਂ ਨੈਗੇਟਿਵ ਐਨਰਜੀ ਦਾ ਵੀ ਪ੍ਰਭਾਵ ਵੱਧਦਾ ਜਾਣਾ ਹੈ। ਅਤੇ ਸਾਡੇ ਮਨ ਦੇ ਵਿੱਚ ਵੀ ਕਈ ਤਰ੍ਹਾਂ ਦੇ ਖਿਆਲ ਆਉਣੇ ਜਾਣੇ ਸ਼ੁਰੂ ਹੋ ਜਾਂਦੇ ਨੇ, ਫਿਰ ਅਸੀਂ ਆਪਣੇ ਕੰਮਾਂ ਕਾਰਾਂ ਦੇ ਉੱਤੇ ਚੰਗੀ ਤਰ੍ਹਾਂ ਧਿਆਨ ਨਹੀਂ ਦੇ ਪਾਉਂਦੇ। ਪਰ ਜੇ ਆਪਾਂ ਸਵੇਰੇ ਸਵੇਰ ਉੱਠ ਕੇ ਆਪਣਾ ਧਿਆਨ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਲਾਇਆ ਹੋਵੇ ਤਾਂ ਸਾਡਾ ਮਨ ਇੱਕਦਮ ਸ਼ਾਂਤ ਰਹਿੰਦਾ ਹੈ। ਫਿਰ ਸਾਡੇ ਮਨ ਦੇ ਉੱਤੇ ਕੋਈ ਨੈਗੇਟਿਵਿਟੀ, ਕੋਈ ਨੈਗੇਟਿਵ ਵਿਚਾਰਾਂ ਦਾ ਪ੍ਰਭਾਵ ਨਹੀਂ ਪੈਂਦਾ। ਇਸ ਕਰਕੇ ਸਾਰੇ ਵਿਦਵਾਨ ਪੁਰਖ, ਸਾਰੇ ਸੰਤ ਮਹਾਂਪੁਰਖ ਅੰਮ੍ਰਿਤ ਵੇਲੇ ਉੱਠਣ ਨੂੰ ਕਹਿੰਦੇ ਨੇ। ਅੰਮ੍ਰਿਤ ਵੇਲਾ ਬਹੁਤ ਪਾਵਰਫੁੱਲ ਵੇਲਾ ਹੈ, ਇਹ ਸਾਡੇ ਤਨ ਅਤੇ ਮਨ ਨੂੰ ਤੰਦਰੁਸਤ ਨਰੋਏ ਰੱਖਦੇ ਹੈ। ਇਹ ਵੇਲਾ ਸਾਡੇ ਤਨ ਅਤੇ ਮਨ ਨੂੰ ਤੰਦਰੁਸਤ ਨਰੋਏ ਰੱਖਣ ਦੇ ਲਈ ਜ਼ਰੂਰੀ ਆ। ਲੜਕੇ ਨੇ ਪੁੱਛਿਆ, ਉਹ ਕਿਸ ਤਰ੍ਹਾਂ? ਤਾਂ ਸੰਤ ਜੀ ਨੇ ਫਿਰ ਸਮਝਾਇਆ ਵੀ ਪੁੱਤਰ, ਜਦੋਂ ਆਪਾਂ ਪਰਮਾਤਮਾ ਦਾ ਧਿਆਨ ਲਗਾਉਂਦੇ ਹਾਂ ਸਾਡਾ ਮਨ ਸ਼ਾਂਤ ਹੁੰਦਾ ਹੈ, ਸਾਡੇ ਮਨ ਨੂੰ ਪਾਵਰ ਮਿਲਦੀ ਆ, ਤਾਕਤ ਮਿਲਦੀ ਆ, ਜੋ ਸਾਰਾ ਦਿਨ ਸਾਡੇ ਨਾਲ ਕੰਮ ਕਰਦੀ ਆ। ਫਿਰ ਸਾਡਾ ਮਨ ਨਿੱਕੀ ਨਿੱਕੀ ਗੱਲ 'ਤੇ ਕਾਲਾ ਨਹੀਂ ਪੈਂਦਾ,
ਸਾਨੂੰ ਇਹ ਅਹਿਸਾਸ ਰਹਿੰਦਾ ਹੈ ਕਿ ਇੱਕ ਸ਼ਕਤੀ ਮੇਰੇ ਨਾਲ ਕੰਮ ਕਰ ਰਹੀ ਆ। ਅਤੇ ਜਦੋਂ ਆਪਾਂ ਸਵੇਰੇ ਉੱਠਦੇ ਹਾਂ, ਸਵੇਰੇ ਉੱਠ ਕੇ ਸਾਫ਼ ਸ਼ੁੱਧ ਵਾਤਾਵਰਣ ਦੇ ਵਿੱਚ ਸਾਹ ਲੈਂਦੇ ਹਾਂ ਤਾਂ ਸਾਡੇ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਹੁੰਦੀ ਆ। ਸਵੇਰੇ ਉੱਠ ਕੇ ਜਦੋਂ ਆਪਾਂ ਸਵੇਰ ਦੀ ਸੈਰ ਕਰਦੇ ਹਾਂ, ਕਸਰਤ ਕਰਦੇ ਹਾਂ, ਤਾਂ ਆਪਾਂ ਕਈ ਰੋਗਾਂ ਤੋਂ ਬਚ ਸਕਦੇ ਹਾਂ। ਜੇ ਸਾਡੇ ਸਰੀਰ ਨੂੰ ਕੋਈ ਰੋਗ ਲੱਗਾ ਹੈ ਤਾਂ ਉਹਨਾਂ ਤੋਂ ਆਪਾਂ ਮੁਕਤੀ ਪਾ ਸਕਦੇ ਹਾਂ। ਇਸ ਕਰਕੇ ਸਾਡੇ ਤਨ ਅਤੇ ਮਨ ਦੀ ਤੰਦਰੁਸਤੀ ਦੇ ਲਈ ਇਹ ਵੇਲਾ ਬਹੁਤ ਜ਼ਰੂਰੀ ਆ। ਅਤੇ ਪੁੱਤਰ, ਤਨ ਮਨ ਦੇ ਨਾਲ ਹੀ ਆਪਾਂ ਬਾਕੀ ਦੇ ਸਾਰੇ ਕੰਮ ਕਰਨੇ ਆ। ਜੇ ਸਾਡਾ ਤਨ ਅਤੇ ਮਨ ਤੰਦਰੁਸਤ ਨਰੋਆ ਹੈ ਤਾਂ ਹੀ ਅਸੀਂ ਆਪਣੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ। ਇਸੇ ਕਰਕੇ ਅੰਮ੍ਰਿਤ ਵੇਲੇ ਉੱਠਣ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਉਹ ਲੜਕੇ ਨੇ ਕਿਹਾ, ਸੰਤ ਜੀ, ਹੁਣ ਮੈਂ ਅੰਮ੍ਰਿਤ ਵੇਲੇ ਦੇ ਫਾਇਦਿਆਂ ਬਾਰੇ ਸਮਝ ਗਿਆ ਹਾਂ, ਹੁਣ ਮੈਂ ਪੂਰੀ ਕੋਸ਼ਿਸ਼ ਕਰਾਂਗਾ ਅੰਮ੍ਰਿਤ ਵੇਲੇ ਉੱਠਣ ਦੀ। ਕਹਿੰਦੇ ਅਗਲੇ ਦਿਨ ਤੋਂ ਪੂਰੇ ਚਾਅ ਉਤਸ਼ਾਹ ਦੇ ਨਾਲ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕੀਤਾ, ਅੰਮ੍ਰਿਤ ਵੇਲੇ ਨੂੰ ਮਾਨਣਾ ਸ਼ੁਰੂ ਕੀਤਾ। ਜੋ ਸੰਤ ਜੀ ਨੇ ਗੱਲਾਂ ਸਮਝਾਈਆਂ ਸੀ, ਇਹ ਗੱਲਾਂ ਮਹਿਸੂਸ ਕਰਨੀਆਂ ਸ਼ੁਰੂ ਕੀਤੀਆਂ ਕਿ ਸੱਚਮੁੱਚ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਧਿਆਨ ਲਾਉਣਾ ਸਾਡੇ ਲਈ ਕਿੰਨਾ ਜ਼ਰੂਰੀ ਆ, ਸਾਨੂੰ ਕਿੰਨੀ ਤਾਕਤ, ਕਿੰਨੀ ਊਰਜਾ ਦਿੰਦਾ ਹੈ। ਅਤੇ ਸਵੇਰੇ ਸਵੇਰ ਦੀ ਕੀਤੀ ਹੋਈ ਸੈਰ ਕਸਰਤ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੀ ਆ, ਤਾਕਤਵਰ ਬਣਾਉਂਦੀ ਆ। ਕਹਿੰਦੇ ਇਸ ਤਰ੍ਹਾਂ ਉਹਨੇ 21 ਦਿਨ ਪੂਰੇ ਕਰ ਲਏ। 21 ਦਿਨ ਬਾਅਦ ਸੰਤ ਜੀ ਦੇ ਕੋਲ ਆਇਆ, ਕਿਹਾ, ਸੰਤ ਜੀ, ਮੈਂ ਤੁਹਾਡੇ ਅਨੁਸਾਰ 21 ਦਿਨ ਲਗਾਤਾਰ ਜੋ ਤੁਸੀਂ ਕਿਹਾ ਮੈਂ ਕੀਤਾ, ਹੁਣ ਮੈਨੂੰ ਮੇਰੀ ਸਫਲਤਾ ਦਾ ਮੰਤਰ ਦੱਸ ਦਿਓ। ਤਾਂ ਸੰਤ ਜੀ ਨੇ ਕਿਹਾ, ਪੁੱਤਰ, ਇਹੀ ਤਾਂ ਤੇਰੀ ਸਫਲਤਾ ਦਾ ਮੰਤਰ ਸੀ। ਸਾਡੀ ਸਫਲਤਾ ਦਾ ਮੰਤਰ ਆ ਸਾਡਾ ਤੰਦਰੁਸਤ ਨਰੋਆ ਤਨ ਅਤੇ ਮਨ। ਜੇ ਸਾਡਾ ਤਨ ਮਨ ਤੰਦਰੁਸਤ ਨਰੋਆ ਹੈ ਤਾਂ ਅਸੀਂ ਹਰ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਲੈਂਦੇ ਹਾਂ, ਹਰ ਕੰਮ ਦੇ ਵਿੱਚ ਪੂਰੀ ਮਿਹਨਤ ਲਾ ਕੇ ਕਰ ਪਾਉਂਦੇ ਹਾਂ। ਕਹਿੰਦੇ ਹੁਣ ਉਹ ਲੜਕਾ ਸਮਝ ਗਿਆ ਸੀ, ਉਹ ਆਲਸੀ ਤੋਂ ਉੱਦਮੀ ਬਣ ਚੁੱਕਿਆ ਸੀ। ਉਹ ਲੜਕੇ ਨੇ ਸੰਤ ਜੀ ਦੇ ਨਾਲ ਵਾਅਦਾ ਕੀਤਾ ਕਿ ਸੰਤ ਜੀ, ਅੱਜ ਤੋਂ ਬਾਅਦ ਮੈਂ ਕਦੇ ਵੀ ਲੇਟ ਨਹੀਂ ਉੱਠਾਂਗਾ, ਜਲਦੀ ਉੱਠਾਂਗਾ, ਅਤੇ ਸਭ ਤੋਂ ਪਹਿਲਾਂ ਆਪਣੇ ਤਨ ਮਨ ਦੀ ਤਾਕਤ ਵਧਾਉਣ ਦੇ ਲਈ ਕੰਮ ਕਰਾਂਗਾ। ਕਹਿੰਦੇ ਉਹਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ ਅਤੇ ਕਹਿੰਦੇ ਉਹਦੀ ਜ਼ਿੰਦਗੀ ਦੇ ਵਿੱਚ ਬੜੇ ਤੇਜ਼ੀ ਦੇ ਨਾਲ ਬਦਲਾਵ ਆਏ, ਕਿਉਂਕਿ ਅੰਦਰ ਦਾ ਕਾਲਾਪਣ ਮੁੱਕ ਗਿਆ, ਮਨ ਸ਼ਾਂਤ ਰਹਿਣ ਲੱਗਾ, ਸ਼ਾਂਤ ਮਨ ਦੇ ਨਾਲ ਫੈਸਲੇ ਕਰਨ ਲੱਗਾ। ਅਤੇ ਸ਼ਾਂਤ ਮਨ ਦੇ ਨਾਲ ਕੀਤੇ ਹੋਏ ਫੈਸਲੇ ਸਾਡੇ ਲਈ ਸਹੀ ਸਾਬਤ ਹੁੰਦੇ ਆ। ਇਸ ਤਰ੍ਹਾਂ ਸੰਤ ਜੀ ਨੇ ਉਹ ਚਿੜੀ ਨੂੰ ਕਿਹਾ, ਚਿੜੀਏ, ਇਸ ਤਰ੍ਹਾਂ ਅੰਮ੍ਰਿਤ ਵੇਲੇ ਨੇ ਉਹ ਆਲਸੀ ਲੜਕੇ ਨੂੰ ਉੱਦਮੀ ਬਣਾ ਦਿੱਤਾ। ਅੰਮ੍ਰਿਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਬਦਲਾਵ ਲਿਆਉਂਦਾ ਹੈ। ਮੈਨੂੰ ਆਸ ਆ ਕਿ ਤੂੰ ਸਮਝ ਗਈ ਹੋਵੇਗੀ ਕਿ ਮੈਂ ਅੰਮ੍ਰਿਤ ਵੇਲੇ ਉੱਠਣ ਨੂੰ ਕਿਉਂ ਕਹਿੰਦਾ ਹਾਂ। ਤਾਂ ਕਹਿੰਦੇ ਚਿੜੀ ਨੇ ਸੰਤ ਜੀ ਨੂੰ ਮੱਥਾ ਟੇਕਦੇ ਹੋਏ ਕਿਹਾ, ਸੰਤ ਜੀ, ਮੈਂ ਅੰਮ੍ਰਿਤ ਵੇਲੇ ਦੇ ਫਾਇਦੇ ਚੰਗੀ ਤਰ੍ਹਾਂ ਸਮਝ ਗਈ ਹਾਂ, ਹੁਣ ਮੈਂ ਵੀ ਤੁਹਾਡੇ ਵਾਂਗ ਇਹ ਧਰਤੀ ਦੇ ਜੀਵਾਂ ਨੂੰ ਅੰਮ੍ਰਿਤ ਵੇਲੇ ਦੇ ਨਾਲ ਜੋੜਾਂਗੀ। ਤੁਸੀਂ ਬਚਨ ਕਰਕੇ ਉਹਨਾਂ ਨੂੰ ਸਮਝਾਉਂਦੇ ਹੋ, ਮੈਂ ਅੰਮ੍ਰਿਤ ਵੇਲੇ ਉਹਨਾਂ ਨੂੰ ਉੱਠਣ ਦੇ ਵਿੱਚ ਮਦਦ ਕਰਾਂਗੀ। ਸੋ ਸੰਗਤ ਜੀ, ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ। ਸੰਗਤ ਜੀ, ਸੱਚਮੁੱਚ ਅੰਮ੍ਰਿਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਬਦਲਾਵ ਕਰਦਾ ਹੈ। ਜੇਕਰ ਕੋਈ ਮਨੁੱਖ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦੇਵੇ, ਉੱਠ ਕੇ ਉਹ ਪਰਮ ਪਿਤਾ ਪਰਮਾਤਮਾ ਦਾ ਧਿਆਨ ਕਰਨਾ ਸ਼ੁਰੂ ਕਰ ਦੇਵੇ ਅਤੇ ਸਵੇਰੇ ਸਵੇਰ ਦੀ ਸੈਰ ਕਸਰਤ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਆ, ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਸਾਡੀ ਜ਼ਿੰਦਗੀ ਦਾ ਆਲਸ, ਦਲਿੱਦਰ, ਰੋਗ ਖਤਮ ਹੋ ਜਾਣਗੇ। ਸਾਡੀ ਜ਼ਿੰਦਗੀ ਦੇ ਵਿੱਚ ਆਉਣਗੀਆਂ ਖੁਸ਼ੀਆਂ, ਬਰਕਤਾਂ, ਤੰਦਰੁਸਤੀ, ਤਰੱਕੀ।